ਪੰਜਾਬ ਕਾਂਗਰਸ ਮੁਖੀ ਕੈਪਟਨ ਅਮਰਿੰਦਰ ਸਿੰਘ ਦੇ ਪਾਰਲੀਮੈਂਟ ਇਜਲਾਸ ਦੌਰਾਨ ਗੈਰ ਹਾਜ਼ਰ ਰਹਿਣ ਦੀ ਚਰਚਾ ਅਕਸਰ ਹੁੰਦੀ ਰਹੀ ਹੈ ਅਤੇ ਹੁਣ ਕੈਪਟਨ ਨੇ ਇਸ ਤੇ ਆਪਣਾ ਸਪਸ਼ਟ ਜਵਾਬ ਦਿੱਤਾ ਹੈ ਕਿ ਪਾਰਲੀਮੈਂਟ ਵਿੱਚ ਉਹਨਾਂ ਦਾ ਮਨ ਨਹੀਂ ਲੱਗਦਾ। ਇਸ ਦੇ ਨਾਲ ਹੀ ਕੈਪਟਨ ਨੇ ਸੂਬਾਈ ਸਿਆਸਤ ਵਿੱਚ ਆਪਣੀ ਦਿਲਚਸਪੀ ਵੀ ਜ਼ਾਹਰ ਕਰ ਦਿੱਤੀ ਹੈ। ਮੇਰਾ ਨਹੀਂ ਦਿਲ ਕਰਦਾ ਉੱਥੇ ਬੈਠਣ ਦਾ, ਹੁਣ ਮੇਰੀ ਆਪਣੀ ਅੰਦਰਲੀ ਆਤਮਾ ਹੈ। ਹਰ ਇਜਲਾਸ 'ਚ ਪਾਰਲੀਮੈਂਟ ਤੋਂ ਕੈਪਟਨ ਕਿਉਂ ਦੂਰ ਰਹਿੰਦੇ ਨੇ, ਇਸ ਦੀ ਵਜ੍ਹਾ ਦਾ ਖੁਲਾਸਾ ਆਖਿਰ ਕੈਪਟਨ ਸਾਹਿਬ ਕਰ ਹੀ ਗਏ ਤੇ ਵਜ੍ਹਾ ਇਹ ਹੈ ਕਿ ਪਾਰਲੀਮੈਂਟ ਜਾਣ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਮਨ ਨਹੀਂ ਕਰਦਾ। ਸਿਆਸੀ ਤੌਰ ਤੇ ਹਾਸ਼ੀਏ ਵੱਲ ਜਾ ਰਹੇ ਕੈਪਟਨ ਨੇ ਅੰਮ੍ਰਿਤਸਰ 'ਚ ਬੀਜੇਪੀ ਦੇ ਦਿੱਗਜ ਚਿਹਰੇ ਅਰੁਣ ਜੇਤਲੀ ਨੂੰ ਹਰਾਇਆ ਤਾਂ ਇਸ ਨਾਲ ਕੈਪਟਨ ਨੇ ਆਲਾ ਕਮਾਨ ਨੂੰ ਆਪਣੀ ਸਿਆਸੀ ਮਕਬੂਲੀਅਤ ਦਾ ਅਹਿਸਾਸ ਤਾਂ ਕਰਵਾਇਆ ਹੀ, ਨਾਲ ਹੀ ਆਲਾ ਕਮਾਨ ਨੇ ਕੈਪਟਨ ਨੂੰ ਲੋਕ ਸਭਾ 'ਚ ਉਪ ਆਗੂ ਦੀ ਜ਼ਿੰਮੇਵਾਰੀ ਸੌਂਪ ਬਣਦਾ ਸਨਮਾਨ ਵੀ ਦਿੱਤਾ। ਪਰ ਇੱਕ ਦੋ ਵਾਰ ਛੱਡ ਕੈਪਟਨ ਜ਼ਿਆਦਾਤਰ ਮੁਲਕ ਦੀ ਪਾਰਲੀਮੈਂਟ ਦੀਆਂ ਬਰੂਹਾਂ ਕਦੇ ਲੰਘੀ ਹੀ ਨਹੀਂ, ਤਾਂ ਇਸ ਪਿੱਛੇ ਵਜ੍ਹਾ ਕੈਪਟਨ ਦੀ ਸੂਬੇ ਦੀ ਸਿਆਸਤ 'ਚ ਜ਼ਿਆਦਾ ਦਿਲਚਸਪੀ ਸੀ। ਪਰ ਕੈਪਟਨ ਆਪਣੇ ਮਨ ਦੀ ਮੰਨ ਰਹੇ ਨੇ ਤੇ ਪਾਰਲੀਮੈਂਟ ਤੋਂ ਨਦਾਰਦ ਨੇ। ਮੈਂ 1984 'ਚ ਜਦ ਰਿਜ਼ਾਈਨ ਕੀਤਾ, ਆਈ ਰਿਜ਼ਾਈਨਡ ਔਨ ਬਲੂ ਸਟਾਰ ਐਂਡ ਆਈ ਡੋਂਟ ਫੀਲ ਲਾਈਕ ਸਿਟਿੰਗ ਐਂਡ ਆਈ ਵਾਜ਼ ਇਨ ਪਾਰਲੀਮੈਂਟ ਦੈਨ। ਉਦੋਂ ਮੈਂ ਪਾਰਲੀਮੈਂਟ ਸੀ, ਮੇਰਾ ਨਹੀਂ ਦਿਲ ਕਰਦਾ ਉੱਥੇ ਬੈਠਣ ਦਾ, ਹੁਣ ਮੇਰੀ ਆਪਣੀ ਅੰਦਰਲੀ ਆਤਮਾ ਹੈ। ਕੈਪਟਨ ਮੁਤਾਬਕ ਉਹ ਪਾਰਲੀਮੈਂਟ ਚੋਣ ਲੜਨ ਦੇ ਜ਼ਿਆਦਾ ਇੱਛੁਕ ਵੀ ਨਹੀਂ ਸਨ, ਇਹ ਫੈਸਲਾ ਆਲਾ ਕਮਾਨ ਦਾ ਸੀ ਜਿਸ 'ਤੇ ਉਹਨਾਂ ਨੂੰ ਮਜਬੂਰੀ ਬਸ ਫੁੱਲ ਚੜ੍ਹਾਉਣੇ ਪਏ। ਮੈਂ ਆ ਰਿਹਾ ਸੀ ਦਿੱਲੀ ਤੋਂ ਔਰ ਪਾਣੀਪਤ ਦੇ ਕੋਲ ਟੈਲੀਫੋਨ ਵੱਜਿਆ, ਸੋਨੀਆ ਜੀ ਕਹਿੰਦੇ ਅਮਰਿੰਦਰ ਕੈਨ ਆਈ ਟਾਕ ਟੂ ਯੂ, ਆਈ ਸੈਡ ਆਫ ਕੋਰਸ ਮੈਮ, ਆਈ ਲੈਟ ਮੀ ਸਟਾਪ ਦੀ ਕਾਰ, ਸੋ ਮੈਂ ਗੱਡੀ ਰੋਕੀ। ਅਮਰਿੰਦਰ ਵਿਲ ਯੂ ਹੈਲਪ ਮੀ, ਆਈ ਸੈਡ ਆਫ ਕੋਰਸ ਮੈਮ, ਯੂ ਟੈਲ ਮੀ ਵਾਟ ਡੂ ਆਈ ਕੈਨ ਆਈ ਡੂ, ਸ਼ੀ ਸੇ ਫਾਈਟ ਅੰਮ੍ਰਿਤਸਰ, ਉਹ ਮੈਂ ਹਾਕਾਰ ਬੈਠਾ, ਮੈਂ ਫਸ ਗਿਆ ਉਹਦੇ 'ਚ। ਲੰਬਾ ਵਕਤ ਸੂਬੇ ਦੀ ਸਿਆਸਤ 'ਚ ਮਸ਼ਰੂਫ ਹੈ ਕੈਪਟਨ, ਦੋ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਅੰਮ੍ਰਿਤਸਰ ਦੀ ਜਿੱਤ ਜ਼ਰੀਏ ਮੁੜ ਚਰਚਾ ਦੇ ਕੇਂਦਰ 'ਚ ਆਏ ਜ਼ਰੂਰ, ਪਰ ਕੈਪਟਨ ਨੇ ਦਿੱਲੀ ਤੋਂ ਦੂਰੀ ਬਣਾਈ ਰੱਖੀ ਤੇ ਸੂਬੇ 'ਚ ਪਾਰਟੀ ਦੀ ਅਗਵਾਈ ਦੇ ਕੇ ਆਲਾ ਕਮਾਨ ਨੇ ਵੀ ਕੈਪਟਨ ਨੂੰ ਥਾਪੜਾ ਦਿੱਤਾ ਹੋਇਆ ਤੇ ਆਪਣੇ ਮਨ ਦੀ ਗੱਲ ਦੱਸ ਕੇ ਕੈਪਟਨ ਨੇ ਆਪਣੇ ਭਵਿੱਖ ਦੇ ਸੰਕੇਤ ਦੇ ਦਿੱਤੇ ਨੇ। ਰਮਨ ਖੋਸਲਾ, ਜ਼ੀ ਮੀਡੀਆ, ਹੁਸ਼ਿਆਰਪੁਰ।